ਬਹੁਤ ਹੀ ਸਤਿਕਾਰਯੋਗ ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਉਹਨਾਂ ਦੇ ਕੋਲ ਆਏ ਦਿਨ ਕੋਈ ਨਾ ਕੋਈ ਕੌਤਕ ਬਣਿਆ ਰਹਿੰਦਾ। ਬਾਬਾ ਜੀ ਕੋਈ ਮਕਾਨ ਨਹੀਂ, ਇੱਕ ਕੁੱਲੀ ਜੀ ਬਾਗ ਕੇ ਉੱਥੇ ਰਹਿੰਦੇ। ਇੱਕੋ ਹੀ ਚੋਲਾ ਗਲ ਵਿੱਚ ਪਾਇਆ, ਕੋਈ ਦੂਜਾ ਚੋਲਾ ਨਹੀਂ ਸੀ। ਇੱਕ ਸਾਧੂ ਆ ਗਿਆ, ਕਹਿਣ ਲੱਗਾ ਬਾਬਾ ਜੀ ਮੇਰੇ ਪਾਸ ਕੱਪੜੇ ਨਹੀਂ, ਇੱਕ ਚੋਲਾ ਦੇ ਦਿਓ। ਬਾਬਾ ਜੀ ਨੇ ਵੇਖਿਆ ਹੋਰ ਕੋਈ ਦੂਸਰਾ ਚੋਲਾ ਹੈ ਨਹੀਂ, ਕਹਿਣ ਲੱਗੇ ਕੋਈ ਗੱਲ ਨਹੀਂ, ਆਪਣਾ ਗਲ ਦਾ ਚੋਲਾ ਲਾਇਆ। ਸਤਿਕਾਰ ਨਾਲ ਕਹਿਣ ਲੱਗੇ ਮਹਾਤਮਾ ਜੀ ਆਹੀ ਚੋਲਾ ਪ੍ਰਵਾਨ ਕਰ ਲਓ ਸਾਡਾ। ਉਹਨੇ ਲੈ ਲਿਆ, ਕਹਿਣ ਲੱਗੇ ਜੀ ਤੁਸੀਂ ਆਪਣਾ ਹੀ ਲਾ ਕੇ ਦੇ ਦਿੱਤਾ, ਤੁਸੀਂ ਕੀ ਪਹਿਨੋਗੇ। ਕਹਿਣ ਲੱਗੇ ਫਕੀਰਾਂ ਨਿਰੰਕਾਰ ਆਪੇ ਸਾਨੂੰ ਵੀ ਜੋ ਉਹਨੂੰ ਲੋੜ ਸਮਝੇਗਾ ਅਤੇ ਹੋਰ ਦੇ ਦੇਗਾ। ਉਹ ਫਕੀਰ ਅਸੀਸਾਂ ਦੇ ਕੇ ਜਦੋਂ ਤੁਰਿਆ, ਐਨ ਉਸੇ ਵਕਤ ਹੀ ਇੱਕ ਪ੍ਰੇਮੀ ਆਇਆ, ਕਹਿਣ ਲੱਗੇ ਬਾਬਾ ਜੀ ਮੈਂ ਬਹੁਤ ਪਿਆਰ ਨਾਲ ਚੋਲਾ ਤਿਆਰ ਕੀਤਾ, ਮੇਰੀ ਸ਼ਰਧਾ ਹੈ, ਇਹ ਚੋਲਾ ਤੁਸੀਂ ਜ਼ਰੂਰ ਪ੍ਰਵਾਨ ਕਰੋ ਅਤੇ ਮੈਨੂੰ ਪਹਿਨ ਕੇ ਦਿਖਾਓ। ਉਹਨਾਂ ਨੇ ਚੋਲਾ ਪਹਿਨਿਆ, ਵੇਖ ਕੇ ਹੱਸਣ, ਕਹਿਣ ਲੱਗੇ ਵਾਹ ਨਿਰੰਕਾਰ ਤੇਰੀ ਰਜਾ ਏ, ਤੂੰ ਕੈਸਾ ਬੇਅੰਤ, ਪੁਰਾਣਾ ਚੋਲਾ ਸਗੋਂ ਉਹ ਲਵਾ ਲਿਆ ਹੀ ਅਤੇ ਨਵੇਂ ਦਾ ਪ੍ਰਬੰਧ ਕੀਤਾ ਹੋਇਆ ਸੀ। ਉਹ ਸਾਧੂ ਨੂੰ ਵੀ ਸਭੋ ਕੁਛ ਮਿਲ ਗਿਆ ਅਤੇ ਬਾਬਾ ਜੀ ਦੱਸਣ ਲੱਗੇ ਨਿਰੰਕਾਰ ਨੇ ਸਾਨੂੰ ਵੀ ਨਵੇਂ ਕੱਪੜੇ ਪਵਾ ਦਿੱਤੇ। ਕਹਿਣ ਸਾਰੇ ਹੈਰਾਨ, ਸਾਧੂ ਕਿਹੋ ਜਿਹੀ ਵੰਡਣ ਦੀ ਰੱਬ ਦੇ ਪਿਆਰ ਦੀ ਸਿੱਖਿਆ ਦਿਆ ਕਰਦੇ ਹਨ।